ਤੁਸੀਂ ਵੀ ਸੁਣੋ। ਹੈਲੋ ਯਾਰ ਆ ਜਾਓ ਯਾਰ, ਮੇਰੇ ਮਨ ਲੈ ਜਾਓ ਆ ਕੇ ਯਾਰ, ਗੱਲ ਕਰੇ ਤੇਰੇ ਨਾਲ ਬਾਈ ਨਾਲ ਮੇਰੇ ਯਾਰ ਆ ਬਸ। ਹੈਲੋ ਹਾਂ ਆ ਜਾ ਬਾਈ, ਪੈਸੇ ਲੈ ਜਾ, ਆਈ ਇਕੱਲਾ ਪਰ ਮੈਂ ਵੀ ਇਕੱਲਾ ਹੀ ਆ, ਠੀਕ ਆ, ਦੋ ਜਾਣੇ ਨਾ ਆਇਓ, ਮੈਂ ਪੈਸੇ ਤਾਂ ਦਊਂਗਾ ਇਕੱਲਾ। ਬੰਦੇ ਲੈ ਕੇ ਆਇਓ ਬਾਈ, ਮੇਰੇ ਪੈਸੇ ਮੈਂ ਤਾਂ ਦਊ ਬਾਈ। ਹਾਂ ਬਾਈ ਹੈਲੋ, ਤੇਰੇ ਨਾਲ ਅੱਗੇ ਪੁਲ ਆਉਂਦਾ? ਹਾਂ ਹਾਂ ਬਾਈ ਪੁਲ ਆਉਂਦਾ, ਜਿਹੜਾ ਪੁਲ ਦੇ ਵਿਚਾਲੇ ਸਿੱਟ ਕੇ ਮੁੜ ਜਾਵੇ। ਬਸ ਠੀਕ ਆ ਬਾਈ। ਮਾਮਲਾ ਅਨਫੋਰਚੁਨੇਟ ਪਾਰਟ ਹੈ ਕਿ ਇਟਸ ਅ ਕੇਸ ਆਫ ਰੇਪ, ਗੈਂਗ ਰੇਪ ਦੀ। ਅਨਫੋਰਚੁਨੇਟਲੀ ਜਿਹੜੀ ਵਿਕਟਮ ਹੈ ਉਹ ਅਤੇ ਉਹਦਾ ਫਰੈਂਡ, ਪਰਸੋਂ ਜਿਹੜਾ ਚੋਕਲੇਟ ਡੇ ਸੀ ਉਹਦੇ ਲਈ ਲੇਟ ਈਵਨਿੰਗ 8 ਵਜੇ, ਇਹ ਦੋਵੇਂ ਵਿਕਟਿਮ ਅਤੇ ਫਰੈਂਡ ਦੇ ਆਰ ਫਰੋਮ ਲੁਧਿਆਣਾ, ਉਹ ਉੱਥੋਂ ਰਾਤ ਨੂੰ 8 ਵਜੇ ਨਿਕਲੇ ਆ ਅਤੇ ਨਹਿਰ ਦੇ ਉੱਤੇ ਅੱਗੇ ਅੱਗੇ ਗਏ ਆ, ਅਤੇ ਅੱਗੇ ਜਾ ਕੇ ਨਹਿਰ ਦੇ ਕਾਫੀ ਅੱਗੇ ਜਾ ਕੇ ਠੇਕਾ ਆਉਂਦਾ, ਲਗਭਗ ਜਿਹੜਾ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ ਪਿੱਛੇ ਆ ਪਿੰਡ ਹੈ, ਉੱਥੇ ਇਹਨਾਂ ਨੇ ਗੱਡੀ ਟਰਨ ਕਰੀ ਆ, ਜਾਂ ਉੱਥੇ ਇਹਨਾਂ ਨੂੰ ਕੁਛ ਮੁੰਡੇ ਮਿਲੇ ਆ ਜਿਹੜੇ ਇਹਨਾਂ ਨੇ ਗੱਡੀ ਇਹਨਾਂ ਦੀ ਰੋਕੀ ਹੈ, ਗੱਡੀ ਰੋਕੀ ਹੈ, ਗੱਡੀ ਰੋਕ ਕੇ ਅਟੈਕ ਲਾ ਲਓ, ਇੱਟ ਮਾਰੀ ਆ ਜੋ ਵੀ ਵਟਐਵਰ ਦੇ ਆਰ ਸੇ, ਅਤੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਉੱਥੇ ਜੋ ਸਟੇਟਮੈਂਟਸ ਆ ਰਹੀਆਂ ਨੇ ਲਗਭਗ 11:30 ਵਜੇ ਤੱਕ, ਉਹਨਾਂ ਨਾਲ ਕੁਛ ਹੋਰ ਮੁੰਡੇ ਵੀ ਆਏ ਨੇ, ਅਤੇ ਉਹ ਸਾਰੇ ਮੁੰਡਿਆਂ ਨੇ ਜੋ ਵਿਕਟਿਮ ਨੂੰ ਗੈਂਗ ਰੇਪ ਕੀਤਾ। ਅਤੇ ਅਸੀਂ ਹੁਣ ਕੱਲ੍ਹ ਪਰਸੋਂ ਦੀ ਇਹ ਰਾਤ ਦੀ 2 ਵਜੇ ਸਵੇਰੇ ਇਹ ਵਾਪਸ ਚਲੇ ਗਏ ਨੇ, ਕਿਸੇ ਨਾਲ ਇਹਨਾਂ ਨੇ ਕੰਟੈਕਟ ਕੀਤਾ ਹੋਣਾ, ਤਾਂ ਉਸ ਤੋਂ ਬਾਅਦ ਕੱਲ੍ਹ ਸਾਰਾ ਦਿਨ ਇਹ ਵੇਟ ਕਰਦੇ ਰਹੇ ਜਾਂ ਕੁਛ ਹੋਰ ਕਰਦੇ ਰਹੇ, ਇਹਨਾਂ ਦਾ ਆਪਸ ਦੇ ਵਿੱਚ ਹੋਣਾ। ਲੇਟ ਈਵਨਿੰਗ ਇਹਨਾਂ ਨੇ ਆ ਕੇ ਰਿਪੋਰਟ ਕੀਤੀ ਹੈ ਪੁਲਿਸ ਸਟੇਸ਼ਨ ਦੇ ਵਿੱਚ, ਅਤੇ ਉਸ ਤੋਂ ਬਾਅਦ FIR ਨੰਬਰ 17/19 ਅੰਡਰ ਸੈਕਸ਼ਨ 376 ਐਂਡ ਅਦਰ ਸੈਕਸ਼ਨ ਦੇ ਤਹਿਤ ਪੁਲਿਸ ਨੇ ਇਹਨਾਂ ਦਾ ਪਰਚਾ ਦਰਜ ਕੀਤਾ ਅਗੇਂਸਟ 9 to 10 ਪਰਸਨ। ਉਸ ਤੋਂ ਲੇਟ ਨਾਈਟ 11:30 ਵਜੇ ਲੋਕਲ DSP ਹਰਕਮਲ ਕੌਰ, ਇਹਨਾਂ ਨੇ ਵਿਕਟਿਮ ਨੂੰ ਲੁਧਿਆਣੇ ਮਿਲੇ, ਉਹਨਾਂ ਨੂੰ ਲਿਆ ਕੇ ਰਿਕੁਐਸਟ ਕਰੀ ਸੀ ਮੈਡੀਕਲ ਦੀ, ਸਿੰਸ ਲੇਟ ਨਾਈਟ ਸੀ ਅੱਜ ਸਵੇਰੇ ਆ ਕੇ ਉਹ ਮੈਡੀਕਲ ਕਰਵਾਇਆ ਗਿਆ, ਅਤੇ ਮੈਡੀਕਲ ਰਿਪੋਰਟਸ ਤੋਂ ਔਰ ਹੁਣ ਅਸੀਂ ਮੌਕੇ 'ਤੇ ਵੀ ਮੈਂ ਚੱਲਿਆ, ਆਲਰੇਡੀ ਸਾਡੀਆਂ ਟੀਮਸ ਲੱਗੀਆਂ ਹੋਈਆਂ ਨੇ, ਹਾਲੇ ਕੋਈ ਆਈਡੈਂਟੀਫਿਕੇਸ਼ਨ ਨਹੀਂ ਹੈ, ਪਰ 4-5 ਬੰਦਿਆਂ ਦੀ ਅਸੀਂ ਕਾਫੀ ਡਿਟੇਲਸ ਲਈਆਂ ਨੇ। ਅੰਮ੍ਰਿਤਸਰ ਤੋਂ ਸਕੈਚ ਪਾਰਟੀਆਂ ਕੁਛ ਮੁੰਡੇ ਨੇ ਜਿਹੜੇ ਸਕੈਚਸ ਬਣਾਉਂਦੇ ਨੇ, ਮਾਹਰ ਨੇ, ਪਹਿਲਾਂ ਵੀ ਅਸੀਂ ਪੁਲਿਸ ਹੈਲਪ 'ਚ ਉਹਨਾਂ ਦੀ ਕਾਫੀ ਕੇਸਾਂ 'ਚ ਲੈਂਦੇ ਰਹੇ ਹਾਂ, ਉਹਨਾਂ ਨੂੰ ਉਹ ਚੱਲ ਪਏ ਨੇ, ਗੱਡੀ ਉੱਥੋਂ ਚੱਲ ਪਈ ਹੈ।